ਕਿੰਨੇ ਟਾਈਮ ਬਾਅਦ ਆਇਆ, ਨਾ ਤੂੰ ਮੈਨੇਜਰ ਦਾ ਫੋਨ ਚੱਕਿਆ, ਨਾ ਤੂੰ ਸਾਡਾ ਫੋਨ ਚੱਕਿਆ, ਫਿਰ ਅਸੀਂ 10:33 ਦੇ ਫੋਨ ਬਣਾ ਕੇ ਲੈ ਕੇ ਆਇਆ। ਹੁਣ ਇੱਕ ਐਸੇ ਲੈ ਜਾਊਂ ਸਰ, ਕੋਈ ਨੁਕਸਾਨ ਹੋ ਗਿਆ, ਮੇਰੇ ਕੋਈ ਨੁਕਸਾਨ ਨਹੀਂ ਹੋਣਾ, ਛੱਡ ਅੱਗੇ ਪਿੱਛੇ ਲਾਣਾ ਪੜਾ। ਸਰ ਮੈਂ ਜਿਹੜੀ ਇੱਕ ਗੱਡੀ ਪਹਾੜਾ ਚੋਂ ਕੱਢੀ ਗਈ ਹੈ, ਕੀ ਹਾਲਾਤ ਸੀ ਗੱਡੀ ਦੇ, ਕਿਵੇਂ ਲੱਗਿਆ ਪਤਾ ਤੁਹਾਨੂੰ, ਕੀ ਮਿਲਿਆ ਜੀ? ਸਾਨੂੰ ਅੱਜ ਇਤਲਾਹ ਮਿਲੀ ਸੀਗੀ ਜੀ ਵੀ ਇਹ ਪਹਾੜਾ ਦੇ ਪਾਣੀ ਦਾ ਲੇਵਲ ਘਟਿਆ ਹੋਇਆ ਸੀਗਾ, ਅਤੇ ਸਾਨੂੰ ਇਤਲਾਹ ਮਿਲੀ ਵੀ ਉਹਦੇ ਵਿੱਚ ਇੱਕ ਕਾਲੇ ਰੰਗ ਦੀ ਗੱਡੀ ਹੈ, ਸਕਾਰਪੀਓ ਵੀ ਵਿੱਚ ਪਈ ਹੈ। ਅਸੀਂ ਇਤਲਾਹ ਮਿਲਣ 'ਤੇ ਅਸੀਂ ਮੌਕੇ 'ਤੇ ਪਹੁੰਚੇ ਤਾਂ ਆ ਕੇ ਦੇਖਿਆ ਗੱਡੀ ਦਿਖਾਈ ਦੇ ਰਹੀ ਸੀ, ਫਿਰ ਅਸੀਂ ਹੈਡਰਾ ਮੰਗਵਾ ਕੇ ਗੱਡੀ ਨੂੰ ਬਾਹਰ ਕੱਢਿਆ ਪਹਾੜਾ 'ਚੋਂ। ਬਾਹਰ ਕੱਢਣ ਤੋਂ ਬਾਅਦ ਦੇਖਿਆ ਉਹ ਗੱਡੀ 'ਤੇ ਨਾ ਇੰਜਣ ਹੈ, ਨਾ ਬੋਨਟ ਹੈ, ਨਾ ਟਾਇਰ ਨੇ, ਨਾ ਤਾਕੀਆਂ, ਕੁਛ ਵੀ ਨਹੀਂ ਹੈਗਾ, ਨਾ ਨੰਬਰ ਹੈ, ਇਕੱਲੀ ਬਾਡੀ ਹੈ, ਇਕੱਲੀ ਬਾਡੀ ਹੈ ਸਿਰਫ। ਕੀ ਲੱਗਿਆ ਜਿਵੇਂ ਬਾਡੀ ਡਿੱਗੀ ਹੈ, ਕਿਸੇ ਨੇ ਕੀ ਲੱਗਦਾ ਕੋਈ? ਹੋ ਸਕਦਾ ਉਹ ਜਿਹਦੀ ਅਸੀਂ ਪੜਤਾਲ ਕਰਾਂਗੇ ਅਸੀਂ ਜੀ। ਹਾਂ, ਪੜਤਾਲ ਕੁਛ ਮਿਲਿਆ ਤਾਂ ਹੋਰ? ਨਾ ਨਾ, ਕੁਛ ਨਹੀਂ ਮਿਲਿਆ ਕੁਛ, ਜਦੋਂ ਤਾਂ ਇੰਜਣ ਨਹੀਂ, ਤਾਕੀ ਨਹੀਂ, ਬਾਕੀ ਨਹੀਂ, ਕੁਛ ਨਹੀਂ, ਇਹਦੇ 'ਚ ਕੀ ਮਿਲਣਾ ਜੀ ਅੱਗੇ ਕਾਰਵਾਈ ਤੁਹਾਡੇ ਵੱਲੋਂ? ਹਾਂ, ਅਸੀਂ ਬਸ ਇਹਦੀ ਪੜਤਾਲ ਕਰਾਂਗੇ ਵੀ ਇਹ ਕੀ ਨੇ ਸਿੱਟੀ ਹੈ, ਕਿਉਂ ਸਿੱਟੀ ਹੈ, ਕਿੱਥੋਂ ਆਈ ਹੈ, ਕੀ ਇਹਦਾ ਦੇਖਾਂਗੇ, ਜਿਵੇਂ ਵੀ ਹੋਇਆ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ। ਅਤੇ ਅਸੀਂ ਵੀ ਸੀ ਮੌਕੇ 'ਤੇ, ਗੋਤਾਖੋਰ ਵੀ ਬੁਲਾਏ ਸੀਗੇ ਅਤੇ ਹੈਡਰਾ ਮੰਗਾਏ ਸੀ ਅਸੀਂ, ਉਹਨਾਂ ਦੀ ਮਦਦ ਨਾਲ ਅਸੀਂ ਇੱਥੇ ਲੋਕਾਂ ਦੀ ਮਦਦ ਨਾਲ ਅਸੀਂ ਬਾਹਰ ਕੱਢ ਜੀ। ਸਤਰਾਣਾ ਤੋਂ ਅਸੀਂ ਪਟਿਆਲੇ ਤੋਂ ਆਏ ਹਾਂ ਅਤੇ ਸਾਨੂੰ ਇੱਕ ਰਾਹਗੀਰ ਜਿਹੜੇ ਆਪਣੇ ਸ਼ਬਲ ਡੈੱਡ ਬੋਡੀਆਂ ਲੱਭਦੇ ਨੇ, ਉਹਨਾਂ ਨੇ ਸਾਨੂੰ ਕਾਲ ਕੀਤੀ ਵੀ ਇਸ ਤਰ੍ਹਾਂ ਕਰਕੇ ਇੱਕ ਸਾਨੂੰ ਡੈੱਡ ਬੋਡੀ ਲੱਭ ਰਹੀ, ਸਾਨੂੰ ਗੱਡੀ ਦਿਖੀ ਹੈ ਵੀ ਹੋ ਸਕਦਾ ਉਹਦੇ ਵਿੱਚ ਕੋਈ ਪਰਿਵਾਰ ਹੋਏ ਜਾਂ ਤਾਜ਼ੀ ਗੱਡੀ ਸਿੱਟੀ ਗਈ ਹੈ, ਜਿਹਦੀ ਜਾਣਕਾਰੀ ਅਸੀਂ DSP ਪਾਤੜਾ ਅਤੇ SHO ਜਿਹੜੇ ਸਤਰਾਣਾ ਨੇ ਉਹਨਾਂ ਨੂੰ ਦਿੱਤੀ ਅਤੇ ਜਿੰਨੇ ਗੋਤਾਖੋਰ ਸਾਡੇ ਸਾਦਿਕ ਅਨਸਾਰੀ, ਆਸ਼ੂ ਮਲਿਕ, ਗੁਰਪ੍ਰੀਤ, ਮਲਕੀਤ ਸਿੰਘ ਬੱਬਰ ਅਤੇ ਹੋਰ ਜਿਹੜੇ ਗੋਤਾ ਬਲਵੰਤ ਸਿੰਘ ਖਨੌਰੀ ਤੋਂ, ਅਤੇ ਸਾਰੇ ਗੋਤਾਖੋਰ ਉੱਥੇ ਪਹੁੰਚੇ। ਪਹੁੰਚਣ ਤੋਂ ਬਾਅਦ 20 ਮਿੰਟ ਲੱਗੇ ਸਾਨੂੰ ਗੱਡੀ ਜਦੋਂ ਸਰਚ ਕੀਤੀ, ਅਤੇ ਪਹਿਲਾਂ ਅਸੀਂ ਚੈੱਕ ਕੀਤਾ ਵੀ ਕਿਸ ਤਰ੍ਹਾਂ ਦੀ ਕੋਈ ਡੈੱਡ ਬੋਡੀ ਜਾਂ ਕੋਈ ਇਨਸਾਨ ਇਹਦੇ ਵਿੱਚ ਫਸਿਆ ਨਾ ਹੋਵੇ, ਤਾਂ ਉਹ ਚੈੱਕ ਕੀਤਾ, ਪਰ ਜਦੋਂ ਗੱਡੀ ਦੇਖੀ ਨਾ ਇਹਦੇ ਟਾਇਰ ਨਾ ਕੁਛ, ਅਤੇ ਇਹ ਸਿਰਫ ਇੱਕ ਬੋਡੀ ਹੈ ਗੱਡੀ ਦੀ, ਸਕਾਰਪੀਓ ਗੱਡੀ ਹੈ, 2012 ਜਾਂ 2013 ਮਾਡਲ ਹੈ। ਤੇ ਕਿਵੇਂ ਲੱਗਿਆ ਜੀ? ਮੈਨੂੰ ਲੱਗਦਾ ਬਹੁਤ ਵੱਡਾ ਕੋਈ ਘਟਨਾ ਵਾਪਰ ਸਕਦੀ ਹੈ, ਪੁਲਿਸ ਮੌਕੇ 'ਤੇ ਪਹੁੰਚੀ, ਸਾਰੇ ਕੀ ਤਹਿਕੀਕ ਕੀਤੀ ਪੁਲਿਸ? ਪਹਿਲਾਂ ਦੇਖੋ ਘਬਰਾਹਟ ਇਹ ਹੋਊਗੀ ਵੀ ਪਰਿਵਾਰ ਜਿਹੜਾ ਕਈ ਵਾਰੀ ਨਾ ਪੂਰੀ ਪਰਿਵਾਰ ਇੱਥੋਂ ਰਾਹਗੀਰ ਲੰਘਦੇ ਨੇ ਅਤੇ ਗੱਡੀ ਕੀ ਪਤਾ ਭੁਲੇਖੇ ਨਾਲ ਵੀ ਇਨ ਸ਼ੋਰਟ ਵੀ ਗੱਡੀ ਕਿਤੇ ਅਚਾਨਕ ਜਿਹੜਾ ਹਾਦਸਾ ਵੀ ਗੱਡੀ ਗਿਰੀ ਨਹਿਰ 'ਚ, ਉਸ ਕਰਕੇ ਅਸੀਂ ਇੱਥੇ ਪਹੁੰਚੇ ਸੀਗੇ। ਅਤੇ ਪਰ ਉਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ, ਗੱਡੀ ਸਿਰਫ ਬੋਡੀ ਹੈ। ਤੁਹਾਨੂੰ ਕਿਸ ਤਰ੍ਹਾਂ ਲੱਗੇ ਹਾਲਾਤ? ਜਿਵੇਂ ਹੁਣ ਗੱਡੀ ਦੇਖੋ ਤੁਸੀਂ, ਰੋਜ਼ ਗੱਡੀ ਕੱਢਦੇ ਹੋ, ਵੀ ਕੀ ਲੱਗਦਾ ਗੱਡੀ 'ਚ ਕਿਵੇਂ? ਇਹ ਗੱਡੀ ਜਿਹੜੀ ਗਿਰੀ ਗਈ ਹੈ, ਇਹ ਗੱਡੀ ਚੋਰੀ ਜਾਂ ਇੰਸ਼ੋਰੈਂਸ ਲੈਣ ਵਾਸਤੇ ਗੱਡੀ ਬੰਦਾ ਵਿੱਚ ਗੇਰ ਦਿੰਦਾ ਹੈਗਾ, ਇਹਦੇ ਪਾਰਟਸ ਨਾ ਇਹਦਾ ਇੰਜਨ ਨਾ ਇਹਦੇ ਟਾਇਰ, ਮਤਲਬ ਕੋਈ ਵੀ ਸਮਾਨ ਨਹੀਂ ਹੈ, ਸਿਰਫ ਇੱਕ ਬੋਡੀ ਹੈ। ਹੁਣ ਪੁਲਿਸ ਦੇ ਹਵਾਲੇ ਕਰਤੀ? ਹਾਂਜੀ, ਪੁਲਿਸ ਦੇ ਹਵਾਲੇ ਕਰਤੀ ਹੈ। ਮੇਰਾ ਸ਼ੰਕਰ ਭਾਰਦਵਾਜ ਜੀ। ਆ
ਹੋਰ ਜੀ ਹਾਂਜੀ ਵਧੀਆ ਬਹੁਤ ਹੈ ਨਹੀਂ ਜੀ ਗੱਡੀ ਦਾ ਬੋਨਟ ਵੀ ਹੈ।